बीते दिनी पंजाबी अदाकार निर्माता ते निर्देशक सुखजिंदर शेरा इस फानी संसार नू अलविदा आ गए सन। जगराऊ नेड़े पिंड मलक दे रहण वाले सुखजिंदर शेरा दे होए इस बेवकती देहांत कारण जिथे पंजाबी सिनेमा जगत नू ना पूरा होण वाला घाटा पिया है, उत्थे ही परिवार ते पिंड वासियां नू सुखजिंदर शेरा दी कमी बहुत खल रही है। उन्हां दे घर विच मातम पसरिया होया है। पंजाबी सिनेमा नू कई हिट फिल्मां देण वाले सुखजिंदर शेरा ने कई मशहूर पंजाबी कलाकारां नाल काम कीता सी। नामवर कलाकार विच शुमार होए सुखजिंदर शेरा ने उगांडा विच अपने अंतिम साल लए, पर उन्हां दा अजे तक अंतिम संस्कार नहीं हो सकिया क्योंकि कोरोना काल दे चलदिआं उन्हां दी मृतक देह अजे तक पिंड मलक नहीं पहुंच सकी। सुखजिंदर शेरा अपने पिंड अपनी पत्नी ते तीन बच्चियां नूं छड्ड गए हन। परिवारक मैंबरां विच्चों उन्हां दे माता जी ते भरा सतनाम सिंह दा कहना है कि सुखजिंदर शेरा दी मृतक दे पिंड लियाउण दी कोशिश कीती जा रही है। ਵੀਰ ਜੀ ਕੀ ਨਾਮ ਆਪਣਾ? ਮੇਰਾ ਨਾਮ ਸਤਨਾਮ ਸਿੰਘ ਹੈ ਜੀ। ਮੈਮ ਜੀ ਕੀ ਗੱਲ ਹੋਈ ਵੀਰ ਜੀ ਨਾਲ, ਸੁਖਜਿੰਦਰ ਜੀ ਨਾਲ? ਇਹ ਭਾਈ ਸਾਹਿਬ 16 ਤਰੀਕ ਨੂੰ ਇੱਥੋਂ ਗਏ ਆ। ਹਾਂ, ਉੱਥੇ ਇਹਨਾਂ ਦੇ ਮਿੱਤਰ ਸੀਗੇ ਅਤੇ ਕੋਈ ਪੈਲੀ ਇਹਨਾਂ ਨੇ ਖਰੀਦਣੀ ਸੀ। ਉਹਨਾਂ ਨੇ ਦਿਖਾਇਆ ਇਹਨਾਂ ਨੂੰ ਸੱਦ ਕੇ ਵੀ ਆਓ ਇੱਥੇ ਫਸਲ ਦੇਖ ਲਓ, ਪੈਲੀ ਠੀਕ ਆ, ਜੇ ਤੁਸੀਂ ਇੱਥੇ ਆ ਕੇ ਲੈ ਲਓਗੇ ਤਾਂ ਵਧੀਆ ਗੱਲ ਆ। ਇਸ ਕੰਮ ਵਾਸਤੇ ਇੱਥੋਂ ਗਏ ਸੀ, 16 ਤਰੀਕ ਨੂੰ ਇੱਥੋਂ ਗਏ ਆ ਅਤੇ ਉੱਥੇ ਜਾ ਕੇ ਬਸ ਤਕਰੀਬਨ ਕੋਈ 8 ਜਾਂ 9 ਕੁ ਦਿਨ, 10 ਦਿਨ ਮੰਨ ਲਓ ਵੀ 10 ਕੁ ਦਿਨ ਠੀਕ ਰਹੇ। ਉਸ ਤੋਂ ਬਾਅਦ ਟਾਈਫਾਇਡ ਹੋ ਗਿਆ, ਟਾਈਫਾਇਡ ਤੋਂ ਮਗਰੋਂ ਮਲੇਰੀਆ ਹੋ ਗਿਆ, ਉਸ ਤੋਂ ਅੱਗੇ ਸ਼ੂਗਰ ਵਧੀ, ਸ਼ੂਗਰ ਵਧਣਾ ਫਿਰ ਕੱਲ੍ਹ ਅੱਜ ਰਾਤ ਜਿਹੜੀ ਲੰਘੀ ਹੈ, ਇਸ ਰਾਤ 2 ਵਜੇ ਆਪਣੇ ਟਾਈਮ ਇੰਡੀਆ ਦੇ ਉਹਨਾਂ ਦੀ ਡੈਥ ਹੋ ਗਈ। ਬਹੁਤ ਦੁੱਖ ਭਰੀ ਖਬਰ ਮਿਲੀ ਪਿੰਡ ਦੇ ਵਿੱਚ ਕਿ ਸਾਰੇ ਇਲਾਕੇ 'ਚ ਹੀ ਅਤੇ ਸਮੁੱਚੀ ਜਿਹੜੀ ਫਿਲਮ ਜਗਤ ਆ ਉਹਦੇ ਵਿੱਚ ਸੋਗ ਦੀ ਲੈ। ਹਾਂਜੀ, ਉਹਨਾਂ ਦੀ ਮ੍ਰਿਤਕ ਦੇ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਪਰ ਕੋਵਿਡ ਦੇ ਚੱਲਦਿਆਂ ਫਲਾਈਟਾਂ ਬੰਦ ਨੇ। ਉੱਥੋਂ ਯੁਗਾਂਡਾ ਦੇ ਵਿੱਚ ਉਹ ਗਏ ਹੋਏ ਨੇ, ਉੱਥੋਂ ਹੁਣ ਡੈੱਡ ਬੋਡੀ ਆਉਂਦੀ ਆ ਜਾਂ ਨਹੀਂ, ਉੱਥੇ ਜਿਹੜੇ ਇਹਨਾਂ ਦੇ ਸੱਜਣ ਮਿੱਤਰ ਉਹ ਸਾਰੇ ਕੋਸ਼ਿਸ਼ ਕਰ ਰਹੇ ਆ ਅਤੇ ਇਹ ਜੇ 1-2 ਦਿਨ 'ਚ ਸਾਫ਼ ਹੋਊ ਗੱਲ ਵੀ ਆ ਸਕਦੀ ਹੈ ਡੈੱਡ ਬੋਡੀ ਜਾਂ ਨਹੀਂ ਇੱਥੇ। ਠੀਕ ਹੈ। ਹਾਂਜੀ, ਪੂਰਾ ਨਾ ਹੋਣ ਵਾਲਾ ਘਾਟਾ ਅਸੀਂ ਕਹਿ ਸਕਦੇ ਹਾਂ ਪਿਆ ਵੀ ਐਡੇ ਅਗਾਂਹ ਵਧੂ ਅਤੇ ਬਾਹਰ ਐਡਾ ਨਾ ਬਣਿਆ ਹੋਇਆ ਸੀ ਉਹਨਾਂ ਦਾ, ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜੀ। ਪੂਰਾ ਬਹੁਤ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸਾਰੇ ਪਿੰਡ ਨੂੰ। ਅਤੇ ਕਿੰਨੇ ਬ੍ਰਦਰ ਸੀਗੇ ਸੁਖਜਿੰਦਰ ਜੀ? ਇਹ 3 ਭਾਈ ਸਾਹਿਬ ਸੀਗੇ ਜੀ, ਇਹਨਾਂ ਤੋਂ ਵੱਡੇ ਭਰਾ ਸਰਦਾਰ ਮਹਿੰਦਰ ਸਿੰਘ, ਤਕਰੀਬਨ 4 ਸਾਲ ਹੋ ਗਏ ਅਟੈਕ ਦੇ ਨਾਲ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਉਹਨਾਂ ਤੋਂ ਮਗਰੋਂ ਇਹ ਵੀ ਸਮਾਜ ਸੇਵਾ ਦੇ ਕੰਮ ਪਿੰਡ ਦੇ ਵੱਧ ਚੜ੍ਹ ਕੇ ਸਭ ਤੋਂ ਮੂਹਰੇ ਲਾ ਕੇ ਕਰਦੇ ਹੁੰਦੇ ਸੀ ਅਤੇ ਬਹੁਤ ਹੀ ਮੰਦਭਾਗੀ ਘਟਨਾ ਇਹ ਵਾਪਰੀ ਆ ਅਤੇ ਸਾਨੂੰ ਸਾਰੇ ਨਗਰ ਨੂੰ ਬਹੁਤ ਵੱਡਾ ਅਫਸੋਸ ਹੈ। ਕਿੰਨੇ ਬੱਚੇ ਕਿੰਨੇ ਸੀਗੇ ਇਹਦੇ? ਇਹਨਾਂ ਦੇ 3 ਬੱਚੇ ਸੀਗੇ ਜੀ, 2 ਲੜਕੀਆਂ ਸੀ, 1 ਲੜਕਾ। ਬੱਚੇ ਲੜਕੀਆਂ ਤਾਂ ਪਹਿਲੇ ਵਹੀਆਂ, ਲੜਕਾ ਪਿੱਛੇ ਥੋੜ੍ਹਾ ਸਮਾਂ ਹੀ ਹੋਇਆ ਜੇ ਵਿਆਹ ਕੀਤੇ ਨੂੰ, 6 ਮਹੀਨੇ। ਉਹ ਲੜਕਾ ਵੀ ਬਾਹਰ ਆ ਹੁਣ, ਅੱਜ ਦੇ ਸਮੇਂ 'ਚ ਤਾਂ ਇਹਨਾਂ ਦੇ ਘਰੋਂ ਅਤੇ ਇਹਨਾਂ ਦੀ ਨੂੰਹ ਆ ਰਾਣੀ ਵਿਚਾਰੀ ਉਹ ਘਰੇ ਆ ਦੋਵੇਂ, ਅਤੇ ਜਾਂ ਛੋਟੇ ਭਾਈ ਸਾਹਿਬ ਰਹਿ ਗਏ ਸਰਦਾਰ ਸੁਖਵਿੰਦਰ ਸਿੰਘ ਜੀ ਇਹਨਾਂ ਦੇ, ਅਤੇ ਵੈਸੇ ਤਾਂ ਸਾਡੇ ਘਰਾਂ 'ਚੋਂ ਆ ਸਾਰਾ ਭਾਈਚਾਰਾ ਨਾਲ ਆ ਇਹਨਾਂ ਦੇ, ਪਰ ਇਸ ਵੇਲੇ ਪਰਿਵਾਰ 'ਤੇ ਬਹੁਤ ਹੀ ਦੁੱਖ ਦੀ ਘੜੀ ਆ। ਜਿਵੇਂ ਆਪਾਂ ਕਹਿ ਦਈਏ ਵੀ ਦੁੱਖਾਂ ਦਾ ਪਹਾੜ ਟੁੱਟ ਪਿਆ, ਅਚਾਨਕ ਜਿਹੜੀ ਇਹ ਘਟਨਾ ਵਾਪਰੀ ਹੈ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ, ਅਸੀਂ ਇਹੀ ਕਹਿ ਸਕਦੇ ਹਾਂ। ਠੀਕ। ਹਾਂਜੀ, ਜਗਰਾਓ ਤੋਂ ਹੇਮਰਾਜ ਬੱਬਰ, ਬਾਲੀਵੁੱਡ ਤੜਕਾ ਪੰਜਾਬੀ। ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ, ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਅਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ।